ਮੈਂ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਨਹੀਂ ਹੈ, ਪਰ ਜਿੱਥੇ ਜਾਂਦਾ ਲੋਕ ਸਵਾਲ ਪੁੱਛਦੇ ਆ ਜਿਹੜਾ ਮੈਂ ਹਲੇ ਤੱਕ ਕੋਈ ਮੈਨੂੰ ਜਵਾਬ ਨਹੀਂ ਦੇ ਸਕਿਆ, ਨਾ ਉਹ ਦੇਖ ਸਕਿਆ ਜਾਂ ਨਾ ਉਹਨਾਂ ਦੇ ਸਾਥੀ। ਆਏ ਕਿੱਥੋਂ, ਇੰਨੇ ਸਾਲ ਰਹਿੰਦੇ ਕਿੱਥੇ ਸੀ? ਜੇ ਇੰਨੇ ਪੰਥਕ ਸੀ ਫਿਰ ਬਾਲ ਕਿਉਂ ਕਟਾਏ? ਜੀਨਾ ਪਾਉਂਦੇ ਸੀ, ਬਾਲ ਕਟਾਉਂਦੇ ਸੀ, ਕੀ 28, 29, 30 ਪਤਾ ਨਹੀਂ ਕਿੰਨੀ ਸਾਲ ਦੀ ਉਮਰ ਹੈ, 30 ਦੇ ਵੱਧ ਹੋਣੀ ਆ ਉਮਰ, ਇਕਦਮ ਪੰਥ ਕਿੱਥੋਂ ਜਾਗ ਪਿਆ? ਜਹਾਜ਼ ਤੇ ਉਤਰਦੇ ਆ, ਇੱਕ ਮਹੀਨੇ 'ਚ ਡਰਾਮਾ ਹੁੰਦਾ, ਲਿਆਏ ਜਾਂਦੇ ਆ, ਅੰਮ੍ਰਿਤ ਛਕਾਇਆ ਜਾਂਦਾ, ਫਿਰ ਕਹਿੰਦੇ ਆ ਕਿ ਮੈਂ ਕੱਲਾ ਧਰਮ ਦਾ ਪ੍ਰਚਾਰ ਕਰੂੰਗਾ। ਬਹੁਤ ਵਧੀਆ ਗੱਲ, ਜੋ ਵੀ ਧਰਮ ਦਾ ਪ੍ਰਚਾਰ ਕਰਦਾ ਆਪਾਂ ਸਾਰੇ ਉਹਨਾਂ ਦੀ ਸਾਥ ਦੇਣਾ ਚਾਹੀਦਾ, ਨਸ਼ੇ ਛੁਡਾਉਣ ਦਾ ਸਾਥ ਸਾਰਿਆਂ ਨੂੰ ਦੇਣਾ ਚਾਹੀਦਾ। ਕਹਿੰਦੇ ਮੈਂ ਉਹਦੇ ਬਾਅਦ ਮੈਂ ਦੇਸ਼ ਦੀ ਕੰਸਟੀਟਿਊਸ਼ਨ ਨਹੀਂ ਮੰਨਦਾ। ਫਿਰ ਖਾਲਿਸਤਾਨ ਦੀ ਗੱਲ ਆ ਜਾਂਦੀ ਹੈ ਤੇ ਉਹਦੇ ਬਾਅਦ ਇੱਥੋਂ ਲਿਜਾਇਆ ਜਾਂਦਾ ਤੇ ਵਾਪਸ MP ਦਾ ਉਮੀਦਵਾਰ ਕਰਕੇ ਬੁਲਾਇਆ ਜਾਂਦਾ। ਮੈਂ ਪੁੱਛਣਾ ਚਾਹੁੰਦਾ ਪਹਿਲੀ ਗੱਲ ਕਿ ਵਿਰਸਾ ਸਿੰਘ ਬਲਟੋਆ ਨੇ ਦੇ ਪਰਿਵਾਰ ਨੇ ਕਿਤੇ ਰੌਲਾ ਪਾਇਆ ਕਿ ਸਾਨੂੰ 7 ਸਾਲ ਹੋ ਗਏ ਜੇਲ੍ਹ 'ਚ, NSA 'ਚ ਉਹ ਹੈ, NSA 'ਚ ਮੇਰਾ ਵੀਰ ਉੱਥੇ ਡਿਬਰੂਗੜ੍ਹ ਹੈ, ਕਿ ਸਾਨੂੰ ਛੱਡੋ, ਸਾਨੂੰ ਛੱਡੋ। ਸਾਹਿਬ ਪ੍ਰਕਾਸ਼ ਸਿੰਘ ਬਾਦਲ 16 ਸਾਲ NSA 'ਚ ਰਹੇ ਆ, 16 ਸਾਲ ਤਾਮਿਲਨਾਡੂ ਦੀ ਜੇਲ੍ਹਾਂ 'ਚ, ਨਾਗਾਲੈਂਡ ਦੀ ਜੇਲ੍ਹਾਂ, ਜਬਲਪੁਰ ਦੀ ਜੇਲ੍ਹਾਂ 'ਚ। ਕਿਤੇ ਤੁਸੀਂ ਮੇਰੇ ਮਾਤਾ ਜੀ ਨੂੰ, ਮੈਨੂੰ ਕਿਤੇ ਧਰਨੇ ਦਿੰਦੇ ਦੇਖਿਆ ਕਿ ਸਾਡੇ ਬਾਪੂ ਨੂੰ ਛੱਡ ਦਿਓ, ਸਾਡੇ ਬਾਪੂ ਨੂੰ ਛੱਡ ਦਿਓ? ਜਿਹੜਾ ਬੰਦਾ ਝੱਲ ਨਹੀਂ ਸਕਦਾ ਉਹ ਕੌਮ ਦੀ ਅਗਵਾਈ ਕਰੂਗਾ? ਬੰਦੀ ਸਿੱਖ ਕੌਣ ਹੈ? ਪਹਿਲੀ ਗੱਲ ਮੈਂ ਕਹਿਣਾ ਚਾਹੁੰਦਾ, ਭਾਈ ਅੰਮ੍ਰਿਤਪਾਲ ਬੰਦੀ ਸਿੱਖ ਨਹੀਂ ਹੈ। ਬੰਦੀ ਸਿੱਖ ਉਹ ਹੈ ਜਿਨ੍ਹਾਂ ਨੇ ਦਰਬਾਰ ਸਾਹਿਬ ਜਦੋਂ ਹਮਲਾ ਹੋਇਆ, ਤੁਹਾਡੇ ਭੈਣਾਂ ਭਰਾਵਾਂ ਦਾ ਕਤਲੇਆਮ ਕੀਤਾ, ਜਦੋਂ ਕਤਲੇਆਮ ਕੀਤਾ ਬਰਦਾਸ਼ਤ ਨਹੀਂ ਹੋਇਆ ਕਿ ਕਾਂਗਰਸ ਸਰਕਾਰ ਨੇ, ਕਾਂਗਰਸ ਨੇ ਲੀਡਰ ਕੀਤਾ, ਜਜ਼ਬਾਤੀ ਹੋ ਕੇ ਉਹਨਾਂ ਨੇ ਕਦਮ ਚੁੱਕੇ। ਉਹ ਐ ਨਹੀਂ ਉਹਨਾਂ ਨੇ ਕਿਹਾ ਕਿ ਸਾਨੂੰ ਛੱਡ ਦਿਓ, ਮਾਫ਼ ਕਰ ਦਿਓ। ਉਹ ਕੀ ਕਹਿ ਰਹੇ ਹੈ ਕਿ ਜੋ ਦੇਸ਼ ਦਾ ਕਾਨੂੰਨ ਹੈ, ਸਾਡੀਆਂ ਸਜ਼ਾ ਪੂਰੀਆਂ ਹੋ ਗਈਆਂ, ਇਕੱਲੇ ਸਜ਼ਾ ਪੂਰੀਆਂ ਨਹੀਂ ਦੁੱਗਣੀਆਂ ਹੋ ਗਈਆਂ, ਇਸ ਕਰਕੇ ਹਿਊਮੈਨੀਟੇਰੀਅਨ ਰਾਈਟ ਸਾਡੇ ਹੈ, ਤੁਸੀਂ ਸਾਨੂੰ ਰੱਖ ਨਹੀਂ ਸਕਦੇ। ਜੇ ਰਾਜੀਵ ਗਾਂਧੀ ਦੇ ਕਾਤਲ ਛੱਡੇ ਜਾ ਸਕਦੇ ਹੈ, ਜੇ ਆ ਜਿਹੜਾ ਦੇਖਿਆ ਬਿਸਕਿਟ ਬਾਨੋ ਨਾ ਉਹੀ ਹੈ, ਉਹਦੇ ਕਾਤਲਾਂ ਨੂੰ BJP ਛੱਡ ਦਿੰਦੀ ਹੈ, ਰੇਪ ਕੀਤਾ, ਕਤਲ ਕੀਤਾ, ਅਸੀਂ ਤਾਂ ਇਕੱਲੇ ਕਿਹਾ ਇਹਨਾਂ ਨੂੰ ਛੱਡ, ਉਹਨਾਂ ਦੀ ਸਜ਼ਾ ਪੂਰੀਆਂ ਹੋ ਗਈਆਂ। 1 ਸਾਲ ਛੜੇ 6 ਮਹੀਨੇ ਹੋ ਕੇ ਬੰਦਾ ਬੰਦੀ ਸਿੱਖ ਨਹੀਂ ਬਣ ਜਾਂਦਾ, ਆ ਫਰਕ ਹੈ। ਨਾਲੇ ਜਿਵੇਂ ਵਿਰਸੇ ਨੇ ਕਿਹਾ, NSA ਲਾਉਣ ਵਾਲੇ ਝਾੜੂ ਵਾਲੇ, NSA ਡਿਬਰੂਗੜ੍ਹ ਭੇਜਣ ਵਾਲੇ ਝਾੜੂ ਵਾਲੇ,
ਪਰ ਝਾੜੂ ਦੇ ਖਿਲਾਫ ਕੋਈ ਬੋਲਦਾ ਹੀ ਨਹੀਂ। ਝਾੜੂ ਨੂੰ ਤਾਂ ਵਧੀਆ ਕਹਿੰਦੇ ਆ ਤੇ ਹੁਣ ਇਕੱਲੇ ਬੋਲਦੇ ਆ ਅਕਾਲੀ ਦਲ। ਹੁਣ ਪਤਾ ਸੀ ਖਡੂਰ ਸਾਹਿਬ ਪੰਥਕ ਸੀਟ ਹੈ, ਇਹ ਕਿਵੇਂ ਹਰਾਈ ਜਾਊਗੀ? ਲਿਆਓ ਆਪਣਾ ਬੰਦਾ ਖੜੇ ਕਰੋ। ਐਂਡ ਮੈਂ ਵਿਰਸਾ ਸਾਹਮਣੇ ਸੀ ਜਦੋਂ ਮੈਂ ਟੈਲੀਫੋਨ ਕੀਤਾ ਪੁੱਛਣ ਵਾਸਤੇ, ਕਾਗਜ਼ਾਂ ਵਾਸਤੇ, ਆਪਣੇ ਇੱਥੇ ਖਡੂਰ ਸਾਹਿਬ ਦਾ ਜਿਹੜਾ ਹਲਕਾ ਰਿਟਰਨਿੰਗ ਅਫਸਰ, ਰਿਟਰਨਿੰਗ ਅਫਸਰ ਨੇ ਕਿਹਾ ਕਿ ਮੈਨੂੰ ਸੁਪਰਡੈਂਟ ਜੇਲ੍ਹ ਦਾ, ਡਿਬਰੂਗੜ੍ਹ ਜੇਲ੍ਹ ਦਾ ਸੁਪਰਡੈਂਟ ਦਾ ਫੋਨ ਆਇਆ ਕਿ ਕਾਗਜ਼ ਸਾਰੇ ਠੀਕ ਹੈ, ਮੇਰੇ ਸਾਹਮਣੇ ਹੈ, ਆ ਕਾਗਜ਼ ਰਿਜੈਕਟ ਨਾ ਕਰਿਓ। ਪਹਿਲੀ ਗੱਲ, ਸੁਪਰਡੈਂਟ ਕਿਉਂ ਕਹੂਗਾ ਕਿ ਉਹਦਾ ਕੋਈ ਮਾਸੀ ਦਾ ਮੁੰਡਾ ਕਿ ਮੈਂ ਕੋਈ ਕਰਾਉਣਾ? ਹਲੇ ਵੀ ਨਹੀਂ ਸਮਝਦੇ। ਮੈਂ ਇੱਕ ਹੋਰ ਪੁੱਛਣਾ ਚਾਹੁੰਦਾ, ਜੇ ਖਾਲਸਾ ਜੀ ਆਪਾਂ ਵਕੀਲ ਕਰਾਂਗੇ, ਜੇ ਤੁਸੀਂ ਵਕੀਲ ਕਰੋਗੇ ਕਿ ਕਾਂਗਰਸੀ ਨੂੰ ਵਕੀਲ ਕਰੋਗੇ? ਨਹੀਂ। ਤੇ ਭਾਈ ਅੰਮ੍ਰਿਤਪਾਲ ਦਾ ਵਕੀਲ ਕੌਣ ਹੈ? ਆਰਐਸਐਸ ਦਾ ਮਾਲਵੇ ਦਾ ਹੈੱਡ ਹੈ, ਗੂਗਲ ਕੱਢ ਕੇ ਹੁਣੀ ਦੇਖ ਲਿਓ, ਆਰਐਸਐਸ ਦਾ ਹੈੱਡ ਹੈ। ਇਹਦੋਂ ਵੱਧ ਕੀ ਕਹਿ ਸਕਦੇ? ਇਸ ਕਰਕੇ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ। ਆਹ ਦੇਖੋ ਨਾਲ, ਆਹ ਵਕੀਲ ਹੈ ਆਰਐਸਐਸ ਦੇ ਨਾਲ ਖੜਾ, ਆ ਖੜਾ, ਆਹ ਦੇਖੋ ਆਹ ਵਕੀਲ। ਟਿਕਟ ਇਹਨੇ ਅਨਾਊਂਸ ਕੀਤੀ, ਆ ਗਿਆ ਉੱਥੇ ਡਿਬਰੂਗੜ੍ਹ ਜੇਲ੍ਹ, ਜੇਲ੍ਹ ਤੋਂ ਨਿਕਲ ਕੇ ਪਰਿਵਾਰ ਕਹਿ ਰਿਹਾ ਅਸੀਂ ਨਹੀਂ ਲੜ, ਸਾਡੀ ਕੋਈ ਸੋਚ ਨਹੀਂ, ਤੇ ਡਿਬਰੂਗੜ੍ਹ ਜੇਲ੍ਹ 'ਚ ਆਰਐਸਐਸ ਦਾ ਵਕੀਲ ਆ ਕੇ ਕਹਿੰਦਾ ਜੀ ਲੜ ਰਿਹਾ ਜੀ, ਕਾਗਜ਼ ਸਹੀ ਕਰਤੇ ਸਾਰੇ। ਯਾਰ ਸਾਨੂੰ ਤਾਂ ਬਾਦਲ ਸਾਹਿਬ ਮੁੱਖ ਮੰਤਰੀ ਆਪਣੇ ਐਨਐਸਏ ਸੀ, ਜਿਵੇਂ ਵਿਰਸੇ ਨੇ ਦੱਸਿਆ, ਨੌ ਨੌ ਅੱਠ ਅੱਠ ਸੱਤ ਸੱਤ ਮਹੀਨੇ ਮਿਲ ਨਹੀਂ ਦਿੰਦੇ ਸੀ, ਇੱਥੇ ਹਰ ਹਫਤੇ ਮਿਲਦੇ। ਸੋ ਆਹ ਸਵਾਲ ਹੈ, ਮੈਂ ਕਹਿਣਾ ਚਾਹੁੰਦਾ ਸੋਚਿਓ, ਧਰਮ ਪ੍ਰਚਾਰ ਕਰਨਾ ਬਹੁਤ ਵਧੀਆ ਗੱਲ ਹੈ, ਨਸ਼ੇ ਛੁਡਾਉਣਾ ਬਹੁਤ ਵਧੀਆ ਗੱਲ ਹੈ, ਪਰ ਇਹਦੇ ਪਿੱਛੇ ਹੋਰ ਕੁਛ ਕਰਨਾ, ਉਹਨੂੰ ਅੱਗੇ ਰੱਖ ਕੇ ਇਹਦਾ ਮਤਲਬ ਕੌਮ ਦੇ ਪਿੱਠ 'ਤੇ ਛੁਰਾ ਮਾਰਨਾ ਹੈ। ਇਸ ਕਰਕੇ ਬਚ ਜਾਓ।